ਵਰਦੇ ਮੀਂਹ ਵਿੱਚ ਗੱਡੀ ਨੂੰ ਘੇਰ ਕੇ ਖੜੇ ਪੁਲਿਸ ਮੁਲਾਜ਼ਮ ਤੇ ਲੋਕ ਕੋਈ ਚੈਕਿੰਗ ਨਹੀਂ ਕਰ ਰਹੇ ਬਲਕਿ ਇਸ ਕਾਰ ਦੇ ਅੰਦਰ ਦੇ ਹਾਲਾਤ ਦੇਖ ਕੇ ਹੈਰਾਨ ਹੋ ਰਹੇ ਨੇ। ਦਰਅਸਲ ਇਸ ਕਾਰ ਨੂੰ ਮੰਦਿਰ ਦੇ ਬਾਹਰ ਖੜਿਆ ਕਾਫੀ ਸਮਾਂ ਹੋ ਚੁੱਕਿਆ ਸੀ ਅਤੇ ਲੋਕ ਇਸ ਡਰ ਵਿੱਚ ਸਨ ਕਿ ਇਹ ਲਾਵਾਰਿਸ ਕਾਰ ਕਿਸਦੀ ਹੈ ਅਤੇ ਇੱਥੇ ਕਿਉਂ ਲੱਗੀ ਹੋਈ ਹੈ, ਆਖਿਰ ਇਸ ਵਿੱਚ ਕੋਈ ਹਿਲਜੁਲ ਕਿਉਂ ਨਹੀਂ ਹੋ ਰਹੀ। ਇਸੇ ਨੂੰ ਲੈ ਕੇ ਹੀ ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਗੱਡੀ ਦਾ ਦਰਵਾਜ਼ਾ ਖੋਲਿਆ ਤਾਂ ਸਭ ਦੇ ਹੋਸ਼ ਉੜ ਗਏ। ਦਰਅਸਲ ਜਦੋਂ ਲੋਕ ਇਸ ਗੱਡੀ ਦੇ ਆਸ-ਪਾਸ ਚੱਕਰ ਲਾ ਰਹੇ ਸਨ ਤਾਂ ਉਹਨਾਂ ਨੂੰ ਅੰਦਰ ਪੁਲਿਸ ਦੀ ਵਰਦੀ ਨਜ਼ਰ ਆਈ, ਪਰ ਇਸ ਤੋਂ ਇਲਾਵਾ ਉਹਨਾਂ ਨੂੰ ਜ਼ਿਆਦਾ ਕੁਝ ਨਜ਼ਰ ਨਹੀਂ ਆਇਆ, ਜਿਸ ਲਈ ਉਹ ਹੈਰਾਨ ਵੀ ਹੋਏ ਕਿ ਇੱਕ ਪੁਲਿਸ ਦੀ ਵਰਦੀ ਵਾਲਾ ਕੋਈ ਸ਼ਖਸ ਹੈ ਅੰਦਰ, ਨਾਲ ਹੀ ਇੱਕ ਪਿਛਲੀ ਸੀਟ ਦੇ ਉੱਤੇ ਪੱਗ ਤੇ ਪੈਂਟ ਪਈ ਹੋਈ ਹੈ, ਜਿਸ ਨੂੰ ਦੇਖ ਕੇ ਲੋਕ ਹੋਰ ਵੀ ਡਰ ਗਏ ਤੇ ਜਦੋਂ ਪੁਲਿਸ ਇੱਥੇ ਪਹੁੰਚੀ ਤੇ ਉਹਨਾਂ ਨੇ ਗੱਡੀ ਦਾ ਦਰਵਾਜ਼ਾ ਖੋਲਿਆ ਤਾਂ ਉਹ ਵੀ ਹੈਰਾਨ ਰਹਿ ਗਏ ਕਿਉਂਕਿ ਪਿਛਲੀ ਸੀਟ ਦੇ ਉੱਤੇ ਇਸ ਪੁਲਿਸ ਮੁਲਾਜ਼ਮ ਦੀ ਪੱਗ ਤੇ ਪੈਂਟ ਪਈ ਹੋਈ ਸੀ ਤੇ ਅਰਧ ਨਗਨ ਹਾਲਤ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਅਗਲੀ ਸੀਟ ਤੇ ਡਿੱਗਿਆ ਹੋਇਆ ਸੀ। ਜਦੋਂ ਚੈੱਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ। ਦਰਅਸਲ ਇਹ ਵਰਿੰਦਰ ਸਿੰਘ ਜੋ ਕਿ GRP ਪੁਲਿਸ ਦੇ ਵਿੱਚ ਹੈੱਡ ਕਾਂਸਟੇਬਲ ਸੀ, ਇਸ ਦੀ ਲਾਸ਼ ਇਸ ਗੱਡੀ ਦੇ ਵਿੱਚੋਂ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ I-20 ਗੱਡੀ ਕਾਫੀ ਸਮੇਂ ਤੋਂ ਇਸ ਮੰਦਿਰ ਦੇ ਬਾਹਰ ਖੜੀ ਸੀ ਪਰ ਲੋਕਾਂ ਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਅੰਦਰ ਦੇਖ ਸਕਣ। ਖਿੜਕੀ ਤੋਂ ਦੇਖ ਕੇ ਹੈਰਾਨ ਹੋ ਗਏ ਜਦੋਂ ਅੰਦਰ ਪੁਲਿਸ ਦੀ ਵਰਦੀ, ਪੱਗ ਤੇ ਇੱਕ ਪੈਂਟ ਨਜ਼ਰ ਆਈ। ਜਦੋਂ ਪੁਲਿਸ ਤਫਤੀਸ਼ ਕਰਨ ਆਈ ਤਾਂ ਗੱਡੀ ਦੀ ਪਿਛਲੀ ਸੀਟ ਤੇ ਇਸ ਮੁਲਾਜ਼ਮ ਦੀ ਪੱਗ ਪਈ ਹੋਈ ਸੀ ਅਤੇ ਨਾਲ ਹੀ ਪਿੱਛੇ ਪੈਂਟ ਪਈ ਹੋਈ ਸੀ ਜਿਸ ਵਿੱਚ ਬੈਲਟ ਵੀ ਲੱਗੀ ਹੋਈ ਸੀ। ਆਖਿਰ ਪੁਲਿਸ ਮੁਲਾਜ਼ਮ ਅਰਧ ਨਗਨ ਹਾਲਤ ਵਿੱਚ ਕਿਉਂ ਸੀ, ਇਸ ਦੇ ਨਾਲ ਕੀ ਹੋਇਆ ਹੈ, ਇਸ ਦੀ ਮੌਤ ਕਿਵੇਂ ਹੋਈ ਹੈ, ਇਹ ਸਭ ਕੁਝ ਹਲੇ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਇਸ ਲਈ ਜਾਂਚ ਵੀ ਕਰ ਰਹੀ ਹੈ। ਇੱਥੇ ਵਰਦੇ ਮੀਂਹ ਵਿੱਚ ਇਹ ਗੱਡੀ ਜਦੋਂ ਖੜੀ ਰਹੀ ਤੇ ਇਸ ਵਿੱਚ ਹਿਲਜੁਲ ਨਹੀਂ ਹੋਈ ਤਾਂ ਲੋਕਾਂ ਨੂੰ ਜ਼ਿਆਦਾ ਡਰ ਲੱਗਿਆ ਤੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇੱਥੇ ਇੱਕ ਗੱਡੀ ਦੇ ਵਿੱਚ ਪੁਲਿਸ ਦੀ ਵਰਦੀ ਵਾਲਾ ਸ਼ਖਸ ਨਜ਼ਰ ਆ ਰਿਹਾ ਹੈ ਪਰ ਕੋਈ ਵੀ ਹਿਲਜੁਲ ਨਹੀਂ ਹੋ ਰਹੀ ਹੈ ਤੇ ਗੱਡੀ ਵੀ ਕਾਫੀ ਸਮੇਂ ਤੋਂ ਇੱਥੇ ਖੜੀ ਹੈ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਫਿਰ ਉਹਨਾਂ ਨੇ ਕਾਰ ਦੀ ਤਲਾਸ਼ੀ ਲਈ, ਜਿਸ ਵਿੱਚ ਉਹਨਾਂ ਨੂੰ ਇਸ ਪੁਲਿਸ ਮੁਲਾਜ਼ਮ ਦਾ ਪਰਸ ਵੀ ਮਿਲਿਆ ਜਿਹਦੇ ਵਿੱਚ ਉਸਦਾ ਆਈ-ਕਾਰਡ ਮਿਲਿਆ, ਜਿਸ ਤੋਂ ਪਹਿਚਾਣ ਹੋਈ ਹੈ ਕਿ ਇਹ GRP ਪੁਲਿਸ ਦੇ ਵਿੱਚ ਹੈੱਡ ਕਾਂਸਟੇਬਲ ਹੈ ਵਰਿੰਦਰ ਸਿੰਘ। ਇਸ ਦੇ ਨਾਲ ਕੀ ਹੋਇਆ ਹੈ ਇਹ ਅਜੇ ਤੱਕ ਜਾਂਚ ਦਾ ਵਿਸ਼ਾ ਹੈ, ਪੁਲਿਸ ਤਫਤੀਸ਼ ਕਰ ਰਹੀ ਹੈ। ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਤੇ ਫਿਰੋਜ਼ਪੁਰ ਦੇ ਹੀ ਸ਼ੀਤਲਾ ਮਾਤਾ ਮੰਦਿਰ ਦੇ ਸਾਹਮਣੇ ਹੀ ਇਹ ਗੱਡੀ ਖੜੀ ਸੀ ਜਿਸ ਵਿੱਚ GRP ਪੁਲਿਸ ਵਿੱਚ ਤੈਨਾਤ ਹੈੱਡ ਕਾਂਸਟੇਬਲ ਅਰਧ ਨਗਨ ਹਾਲਤ 'ਚ ਪਿਆ ਸੀ, ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਹੋ ਗਏ ਸਨ, ਪਰ ਜਦੋਂ ਹਿਲਜੁਲ ਨਾ ਹੋਈ ਤਾਂ ਫਿਰ ਉਹਨਾਂ ਨੂੰ ਪੁਲਿਸ ਨੂੰ ਬੁਲਾਉਣਾ ਪਿਆ ਤੇ ਪੁਲਿਸ ਦੇ ਵੱਲੋਂ ਆ ਕੇ ਹੁਣ ਇਸ ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ ਹੈ, ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।